ਕੀ ਤੋਏ ਓਏ ਕੀਤ, ਉੱਠਿਆ ਨੀ ਅੱਜ? ਕਾਕੂ ਤਾਂ ਉੱਠਿਆ ਖੜਾ, ਤੂੰ ਹੈ ਅਮੀ ਤੋਂ ਅੱਗੇ ਕੁਝ ਨੀ ਫੇਰ ਜਿਹੜੇ ਕੱਟ ਪਵਾਏ ਨੇ ਸਾਈਡਾਂ ਤੇ ਕਿਧਰੀ ਨਾ ਪਵਾਏ ਨੇ ਇਹ ਕਿਸੇ ਦੀ ਨਹੀਂ ਸੁਣਾ ਦੱਸ ਕਿਸੇ ਦੀ ਨਹੀਂ ਸੁਣਾ ਨਹੀਂ ਫਿਰ ਕਿੱਥੋਂ ਆਇਆ ਦਿਮਾਗ ਚ ਗੱਲ ਵੀ ਐਂ ਕੱਟ ਪਵਾਵਾਂ ਉਹ ਅੰਕਲ ਨੇ ਕਿਹਾ ਸੀ ਜਦੋਂ ਕਿਹੜੇ ਨੇ ਜਿਸ ਤੋਂ ਮੈਂ ਵਾਲ ਕਟਾਉਂ ਗਿਆ ਸੀ ਕੀ ਕਹਿੰਦਾ ਐਂ ਕੱਟ ਪਾ ਦਿਆ ਤੈਂ ਕਿਆ ਪਾ ਦੇ ਹੈ ਜੇ ਅੰਕਲ ਕਹਿੰਦਾ ਵੀ ਨਾਲੀ ਚ ਡਿੱਗ ਪਾ ਬੁੱਤ ਫੇਰ ਮੈਂ ਕਹਿੰਦੀ ਦਾ ਲੈ ਫਿਰ ਨਾਲੇ ਅੰਕਲ ਦੀ ਗੱਲ ਮੰਨ ਲਈ ਇਹ ਤਾਂ ਤੇਰਾ ਆਪਦਾ ਅੰਦਰੋਂ ਚਿੱਤ ਸੀ ਕੱਟ ਪਵਾਉਣ ਦਾ ਕਿਵੇਂ ਹੈ ਵਧੀਆ ਫਿਰ ਬੋਲ ਕੇ ਦੱਸਣਾ ਇਹ ਬਾਈ ਏਕਮ ਨੇ ਸਪੈਸ਼ਲ ਰੈਡੀ ਕੀਤਾ ਹੈਗਾ ਆਪਣੇ ਵਾਸਤੇ ਬਹੁਤ ਵਧੀਆ ਪੰਪ ਇਹਦੀ ਵੀਡੀਓ ਪਾਵਾਂਗੇ ਡਿਟੇਲਡ ਆਪਾਂ ਕੀ ਲਾਇਆ ਇਹਦੇ ਤੇ ਚੱਲ 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 ਕੱਟ ਦੇ ਕੀ ਪਰਨਾ ਰਹਿ ਗਿਆ ਛੱਡਦਾ ਨੀ ਖੇੜਾ ਹੈ ਉਹਦਾ ਡਰਾਈਵਰ ਵਾਲੀ ਫੀਲਿੰਗ ਹੀ ਨੀ ਆਉਂਦੀ ਅੱਜ ਆਪਾਂ ਵੀਡੀਓ ਬਣਾਉਣੀ ਆ ਬਾਪੂ ਮੱਘਰ ਸਿੰਘ ਜੀ ਦੇ ਨਾਲ ਬਾਪੂ ਦਾ ਸਵੇਰੇ 6 ਵਜੇ ਫੋਨ ਆ ਗਿਆ ਸੀ ਕਹਿੰਦੇ ਕੀ ਕਰਦਾ ਆਪਾਂ ਕੰਮ ਕੀ ਕਰਨਾ ਵੀਡੀਓ ਬਣਾਉਣੀ ਹੈਗੀ ਬਾਪੂ ਕਹਿੰਦਾ ਅੱਜ ਫਿਰ ਬਣਾਈਏ ਅਤੇ ਸੋ ਬਾਪੂ ਨੂੰ ਕਾਲ ਕੀਤੀ ਸੀਗੀ ਬਾਪੂ ਕਹਿੰਦਾ ਬਸ ਰੋਟੀ ਖਾਈ ਜਾਂਦਾ ਗਾ ਅਤੇ ਉਹਨਾਂ ਨੂੰ ਬਿਠਾ ਕੇ ਲਿਆਉਣੇ ਆ ਅਤੇ ਫਿਰ ਮੋਟਰ 'ਤੇ ਵੀਡੀਓ ਬਣਾਉਣੇ ਆ ਜੀਰੀ ਤਾਂ ਨਿਕਲਿਆ ਹੀ ਵਧੀਆ ਜਾਂਦਾ ਕਹਿੰਦਾ ਉਰੇ ਭਰ ਕੇ ਦਵਾਈ ਲਈ ਜਾਂਦੇ ਬਾਪੂ ਆਪਾਂ ਦਿਖਾ ਜਾਵਾਂਗੇ ਫਿਰ ਗੱਡੀ ਦੀ ਦਿਖਾ ਜਾਵਾਂਗੇ ਦਰਸ਼ਨ ਉੱਥੇ ਰਹਿ ਗਏ
ਜਿਹਾ ਜੀ ਲੱਗਿਆ ਰਿਹਾ ਕਰੂ ਉਹ ਕੱਟੜ ਪੰਥੀ ਵਾਲੀ ਆ ਚੜਾਈ ਵਾਲੀ ਪਾਣੀ ਆ ਗਿਆ ਇੱਥੋਂ ਸਾਡਾ ਪਰਲੇ ਪਾਸੇ ਨਾ 5 ਫੁੱਟ ਉੱਚੀ ਆ ਜਗ੍ਹਾ ਤੇ ਆਪਾਂ ਖੜੇ ਹਾਂ ਠੀਕ ਹੈ ਜੀ 5 ਫੁੱਟ ਉਧਰਲਾ ਗੁਆੜ ਨਹੀਂ ਮੈਂ ਪਰਲੇ ਪਾਵਣ ਕਹਿ ਦੋ ਅਸੀਂ ਮਹਾਂ ਗੱਲ ਸਾਨੂੰ ਕੱਦੂ ਨੀ ਕਰਿਆ ਵਾ ਉਹ ਕਹਿੰਦਾ ਯਾਰ ਪਾਣੀ 6 ਘੰਟੇ ਖੜ ਜੇ ਜਰੇ ਚ ਉਦੋਂ ਬਾਅਦ ਕੱਖ ਨੀ ਹੋਊ ਫਿਰ ਉਹਨੂੰ ਐਂ ਵੀ ਫੋਨ ਕਰਿਆ ਸੀ ਕਹਿੰਦੇ ਹਰਾ ਹੋਣ ਤੋਂ ਨਾ ਭਾਈ ਨੀ ਉਹਨੂੰ ਰੋਕ ਲੈ ਕਹਿੰਦਾ ਨਾ ਜੱਸਾ ਗਿਆ ਨੀ ਗਾ ਇੱਥੇ ਖੜਾ ਨਾ ਉਦੋਂ ਦਾ ਲੇਜ਼ ਖਾਣੇ ਆ ਜਿਹਾ ਲੇਜ਼ ਕੁਰਕਰੇ ਖਾਣੇ ਆ ਜਿਹਾ ਕਿਵੇਂ ਕਿਆ ਜਾ ਡੈਡੀ ਤੇ ਤੂੰ ਦੋਨੇ ਜਾਣੇ ਰੈਡ ਰੈਡ ਪਾਈ ਫਿਰਦੇ ਹੋ ਨਿਕਲਿਆ ਜੀ ਲੱਗ ਗਈ ਨਿਕਲਣ ਕਰਤਾ ਜਸੇ ਫਿੱਟ ਸੁਰਚ ਕਰ ਲੈਣਾ ਉਹਨੂੰ ਜਮਾ ਕਿੱਥੇ ਲੈ ਕੇ ਜਾਏਗਾ ਇਹਨੂੰ ਕੀੜੀ ਮੰਗੂਕੜੀ ਸੀ ਜਾਂਦੀ ਆ ਕਿਵੇਂ ਕੌਣ ਕਹਿੰਦਾ ਦਾਗ ਤਾਂ ਇਹ ਬੁੜੇ ਹੋਏ ਤੱਕ ਵੀ ਨੀ ਲੈਂਦੇ ਕੈਮਰਾਮੈਨ ਮੇਨ ਕੈਮਰਾਮੈਨ ਤਾਂ ਆ ਗਿਆ ਮੇਨ ਕੈਮਰਾਮੈਨ ਉਹ ਆਏ ਨਾ ਟੰਗੋ ਯਾਰ ਉਹਦੇ ਤਾਂ ਆਈਫੋਨ ਟੰਗਾਂਗੇ ਆਪਾਂ ਗੁਰਪ੍ਰੀਤ ਵਾਲਾ
ਉਹ ਦੇਖੋ ਆ ਕਿਹੜੇ ਬੰਦੇ ਦੀ ਕਲਾਕਾਰੀ ਇੰਨੀ ਤਕੜੀ ਕਲਾਕਾਰੀ ਕਿਹੜੇ ਨੇ ਕਰੀ ਇਹ ਯੈਸ ਭਾਈ ਸਾਹਿਬ ਨੇ ਕਰੀ ਵੈਲ ਡਨ ਬ੍ਰੋ ਅੱਛਾ ਜੀ ਧੰਨਵਾਦ संदीप तेरा यार की करिए ना 1 2 3 ऑल इंडिया फ्री ना मैं नहीं लगा साढ़े पिंड भी लाने ने मैं उठे भी लवाया कैम है यार जरूरी है ना टूई का बड़ी लगा दवाई है नूह मर दी कहंदे स्टोव फट गया जमींदार कहंदा किसी की कुड़ी तो फटिया नहीं पाया नूह की फटदा ये करोना इन्होंने बहाना बना लिया मारन का हुण हाँ बस यही है एक किहदे कोले सी मैनूं मैं नाम भुल गया दसी ना पता कहते मेरा सुखमन सुखमन तेरा नाम तां मैनूं पता गा घग्गरे किहदे किहदे कोले सी ओह जिहड़ा तुसीं नच्चे सी पा के हां एक होर किहदे कोले आ जसन कोल जसन कोल केड़े केड़े रंग दे ने पता होगा पिंक चलो पर मैं अठ बजे साढ़े अठ कहते कहने पौने दस का टाइम कर लिया सब तो लेट कौन होया उस प्यो न्यो ने खंडाया ना ओन प्यो नकर उंगल फटके तोड़ मोडे ते हाथ तड़ा के तोड़ दा कोई हुण बिर लिया दूजे दा कहना पैर वढ़दा होना बड़े बह जा मंजे ते कोई आ सारा जीव जानता चिड़ी जनौर एती हुई फसल के खादा खाते आपका करमी है ऐसी गल नहीं खाते आपका करमी है पर फिर भी बीजदा यह रोजी दा परमात्मा कही जी चीज आ बाणी जी दिता है भी एक रोख रखाण जानवर आ जल मह जंतु पाए तेना भी रोजी दे चाह भरावो अपनी होए किथे पई है ले मैनू कप्पी कुप्पी दे दियो कोई आ ऐसी कप्पी नहीं जी आ हां वाह मिल गई उम्मीद है कोनो इत्ते थोड़ी थोड़ी मिट्टी ओ पी ली मैनू तो लगदा हुण तां कॉफी आ दी हवा बड़ी तेज चल दी है राजा बहुत सोहनिया वीडियो बनी अज बापू बहुत सोहनिया बनिया वीडियो अच्छा की हो गया
ਜੀਓ ਲਿਆ ਨਾ ਕੋਈ ਨਾ ਕੁਛ ਨਹੀਂ ਦਾ ਪੈਸੇ ਜੀਓ ਦਾ ਲਈ ਫਿਰਦੇ ਨੇ ਮੇਨ ਪ੍ਰਧਾਨ ਲਈ ਫਿਰਦੇ ਨੇ रोक लेंदी माड़ा मोटा दिक्कत लाई हो सारा कुछ कर देर ने बना गया चीज खान ਪਤਾ ਨਹੀਂ ਹਿਲਦਾ ਯਾਰ ਉਹਦੇ ਹੁਕਮ ਤੋਂ ਬਣਾ ਕੁਛ ਮਾਲ ਸਮਝਦਾ ਸਾਰਾ ਸਿੱਧੀ ਬਿਜਾਈ ਵਾਲਾ ਸਿਸਟਮ ਆ ਜੋਨੀ ਦਾ ਨਾਲੇ ਪਾਣੀ ਦੀ ਬੱਚਤ ਬਹੁਤ ਜ਼ਿਆਦਾ ਹੋਈ ਹੈ ਲੇਬਰ ਦਾ ਖਰਚਾ ਬਚਿਆ ਗਾ ਸ਼ਨੀਵਾਰ ਦਾ ਦਿਨ ਕੰਪਲੀਟ ਲੋਕਡਾਊਨ ਆ ਪੰਜਾਬ ਦੇ ਵਿੱਚ ਗੇਟ ਬੰਦ ਕਰ ਦਿਓ ਬਾਈ ਕਹਿੰਦੇ ਅੱਜ ਜਦੋਂ ਮੈਂ ਸਮਾਨ ਲੈ ਆਇਆ ਉਹ ਪਾਈਪ ਜਿਹੜਾ ਲੈਣਾ ਸੀ ਉਹਦੇ ਬਾਅਦ ਜਾਣ ਨੂੰ ਦਿਲ ਨਹੀਂ ਕੀਤਾ ਆਰਾਮ ਨਾਲ ਮੈਂ ਘੰਟਾ ਡੇਢ ਘੰਟਾ ਦਿੱਤਾ ਅਤੇ ਹੁਣ ਮੈਂ ਜਾ ਰਿਹਾ ਉੱਥੇ ਔਫਿਸ ਦੇ ਵਿੱਚ ਆਪਣਾ ਫਾਈਵ ਰਿਵਰ ਵਾਲਾ ਜਿਹੜਾ ਚੈਨਲ ਹੈਗਾ ਉਹ ਡਾਟਾ ਮੇਰੇ ਕੋਲ ਸੀਗਾ ਮੰਤਰੀ ਦੌਰਾਂ 'ਤੇ ਪ੍ਰਿੰਟ ਨੇ ਵੀ ਜਮਾਂ ਕੋਈ ਕੰਮ ਨਹੀਂ ਕੀਤਾ ਹੁਣ ਉੱਥੇ ਅੱਜ ਕਹਿੰਦੇ ਬਾਈ ਆਏਗਾ ਕਿ ਅਸੀਂ ਆ ਜਾਈਏ ਹੁਣ ਜਾ ਰਿਹਾ ਔਫਿਸ ਉੱਥੇ ਬਹਿ ਕੇ ਜਿਹੜਾ ਮੁੰਡਾ ਗੇਮ ਖੇਡੀ ਜਾਂਦਾ ਕਿੱਥੋਂ ਦੋਸਤੋ ਆ ਗਿਆ ਸੀਗਾ ਮੈਂ ਉਸ ਤੋਂ ਬਾਅਦ ਔਫਿਸ ਤੇ ਬੜੇ ਦਿਨਾਂ ਤੋਂ ਨਾ ਅਸੀਂ ਰਾਜੂ ਤੋਂ ਗਾਣੇ ਸੁਣਦੇ ਹੁੰਦੇ ਹਾਂ ਰਾਜੂ ਵਾਲਾਂ ਦੀ ਕਟਿੰਗ ਦਾ ਕੰਮ ਕਰਦਾ ਸਲੂਨ ਆ ਬਾਈ ਦਾ ਆਪਣੇ ਆਫਿਸ ਦੇ ਨਾਲ ਹੀ ਅਤੇ ਰਾਜੂ ਨੂੰ ਮਹਾਂ ਯਾਰ ਅੱਜ ਗਾਣੇ ਸੁਣਾ ਚੱਲ ਅਤੇ ਮਹਾਂ ਨਾਲ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਅਤੇ ਆਵਾਜ਼ ਸੋਹਣੀ ਆ ਬਾਈ ਰਾਜੂ ਦੀ ਅਤੇ ਤੁਸੀਂ ਵੀ ਦੱਸਿਓ ਕਿਵੇਂ ਲੱਗਿਆ ਸੁਣ ਕੇ ਗੀਤ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਭਰਾ ਨੇ ਸੋਚਿਆ ਵੀ ਅੱਜ ਇੱਕ ਗੀਤ ਸੁਣਿਆ ਜਾਵੇ ਇਹਦੀ ਵੀਡੀਓ ਬਣਾਈ ਜਾਵੇ ਚਲੋ ਸਰਦੂਲ ਭਾਜੀ ਦਾ ਤੁਹਾਨੂੰ ਗੀਤ ਸੁਣਾਉਂਦੇ ਹਾਂ ਹਾਂ ਸਰਦੂਲ ਸਿਕੰਦਰ ਜੀ ਦਾ ਸੁਣਾਓ ਤੁਹਾਨੂੰ ਕਿੱਦਾਂ ਲੱਗਿਆ ਦੱਸ ਹੋ ਕਦੇ ਇਸ ਪੈਰ ਥੱਲੇ ਕਦੇ ਉਸ ਪੈਰ ਥੱਲੇ ਕਾ ਤੋਂ ਠੋਕਰਾਂ ਤੂੰ ਮਾਰੇ ਅੱਗੇ ਬੜੇ ਦੁੱਖ ਚੱਲੇ ਕਦੇ ਇਸ ਪੈਰ ਥੱਲੇ ਕਦੇ ਉਸ ਪੈਰ ਥੱਲੇ ਕਾ ਤੋ ਠੋਕਰਾਂ ਤੂੰ ਮਾਰੇ ਅੱਗੇ ਬੜੇ ਦੁੱਖ ਚੱਲੇ ਮਰ ਮੁੱਕਿਆਂ ਤੋਂ ਹੋਏ ਮਰ ਮੁੱਕਿਆਂ ਤੋਂ ਜੀਣ ਦੇ ਸਵਾਲ ਪੁੱਛਦੀ ਨੀ ਤੂੰ ਜਾਣ ਜਾਣ ਕੇ ਨੀ ਤੂੰ ਜਾਣ ਜਾਣ ਕੇ ਪੱਤਝੜਾਂ ਵਿੱਚ ਪੱਤਿਆਂ ਦਾ ਹਾਲ ਪੁੱਛਦੀ ਨੀ ਤੂੰ ਜਾਣ ਜਾਣ ਕੇ 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 ਨੀ ਤੂੰ ਜਾਣਦੀ ਏ ਸਾਰੀ ਜਿਹੜੀ ਸਾਡੇ ਨਾਲ ਬੀਤੀ ਇੱਕ ਮਾਰਿਆ ਨੀ ਜਾਨੋ ਬਾਕੀ ਘੱਟ ਵੀ ਨਾ ਕੀਤੀ ਵਿੱਚੋਂ ਖੁਸ਼ ਤੂੰ ਹੋਏ ਵਿੱਚੋਂ ਖੁਸ਼ ਤੂੰ
ਉਤੋਂ ਦੁੱਖਾਂ ਨਾਲ ਪੁੱਛਦੀ ਨੀ ਤੂੰ ਜਾਣ ਜਾਣ ਕੇ ਨੀ ਤੂੰ ਜਾਣ ਜਾਣ ਕੇ ਪੱਤ ਚੜਾ ਵਿੱਚ ਪੱਤਿਆਂ ਦਾ ਹਾਲ ਪੁੱਛਦੀ ਜਾਣ ਜਾਣ ਕੇ ਨੀ ਤੂੰ ਜਾਣ ਜਾਣ ਕੇ ਨੀ ਤੂੰ ਜਾਣ ਜਾਣ ਕੇ ਨੀ ਤੂੰ ਜਾਣ ਜਾਣ ਕੇ ਮਿਹਰਬਾਨੀ ਜੀ ਘਰੇ ਬਾਜ ਹਟੋਣਾ ਨਾ ਕੋਈ ਚੱਕਰ ਨੀ ਹੂੰ ਵਸਿਆ ਰਹਿੰਦਾ ਸੀ ਜੀਦਾ ਸਾ ਮੇਰੇ ਸਾਵਾਂ ਤੇ ਲਿਖਿਆ ਰਹਿੰਦਾ ਸੀ ਜੀਦਾ ਨਾ ਉਹਦੀ ਬਾਂਹ ਉੱਤੇ ਹੌਲੀ ਹੌਲੀ ਬਾਵਾਂ ਤੋਂ ਹੌਲੀ ਹੌਲੀ ਬਾਵਾਂ ਤੋਂ ਮਿਟਾਇਆ ਉਸ ਕੁੜੀ ਨੇ ਪਰ ਮੈਨੂੰ ਦਿਲੋਂ ਨਹੀਂ ਭੁਲਾਇਆ ਉਸ ਕੁੜੀ ਨੇ ਹੋ ਪਰ ਮੈਨੂੰ ਦਿਲੋਂ ਨਹੀਂ ਭੁਲਾਇਆ ਉਸ ਕੁੜੀ ਨੇ ਹੋ ਗੀਤਾਂ ਮੇਰੇ ਆਉਂਦੇ ਨਾਲ ਦਿਲ ਫੁੱਲੇ ਹੋਏ ਨੇ ਦਿਲ ਫੁੱਲੇ ਹੋਏ ਨੇ ਕਾਗਜ਼ਾਂ ਤੇ ਕੋਸੇ ਕੋਸੇ ਹੰਝੂ ਡੋਲੇ ਹੋਏ ਨੇ ਹੰਝੂ ਡੋਲੇ ਹੋਏ ਨੇ ਆਪ ਰੋਈ ਮੈਨੂੰ ਵੀ ਆਪ ਰੋਈ ਮੈਨੂੰ ਵੀ ਆਪ ਰੋਈ ਮੈਨੂੰ ਵੀ ਰੋਆਇਆ ਉਸ ਕੁੜੀ ਨੇ ਪਰ ਮੈਨੂੰ ਦਿਲੋਂ ਨਹੀਂ ਭੁਲਾਇਆ ਉਸ ਕੁੜੀ ਨੇ ਹੋ ਪਰ ਮੈਨੂੰ ਦਿਲੋਂ ਨਹੀਂ ਭੁਲਾਇਆ ਉਸ ਕੁੜੀ ਨੇ ਮਿਹਰਬਾਨੀ ਆ ਗਿਆ ਜਮੀਆਂ ਲੱਗੀਆਂ ਜਿਵੇਂ ਅਸਲੀ ਗਾਣਾ ਚੱਲੀ ਕੋਸ਼ਿਸ਼ ਹੈ ਜੀ ਵੀਰ ਜੀ ਤੁਹਾਡੇ ਭਰਾਵਾਂ ਦੇ ਸਦਕਾ ਕੋਸ਼ਿਸ਼ ਕਰਦੇ ਹਾਂ ਤੇ ਗਾਉਣ ਦੀ ਪਰ ਤੁਹਾਨੂੰ ਦੱਸੋ ਭਰਾਵੋ ਕਿਵੇਂ ਦਾ ਲੱਗਿਆ ਪਰ ਉਹਨਾਂ ਦੀ ਸਦੂਰ ਸਿਕੰਦਰ ਸਾਹਿਬ ਦੀ ਰੀਸ ਤਾਂ ਨਹੀਂ ਕਰ ਸਕਦੇ ਪਰ ਮੈਂ ਇਹਨਾਂ ਦਾ ਬਹੁਤ ਵੱਡਾ ਫੈਨ ਹੈ ਉਹਨਾਂ ਨੂੰ ਉਸਤਾਦ ਮੰਨਦਾ ਮੈਂ ਤੇ ਜਿੰਨਾ ਚੱਕਰ ਮੇਰੇ ਰੂਹ ਦੇ ਵਿੱਚ ਜਾਨ ਹੈ ਮਤਲਬ ਕਿ ਉਹਨਾਂ ਨੂੰ ਮਤਲਬ ਮੈਂ ਗਾਈ ਜਾਊਂਗਾ ਮੈਂ ਉਹਨਾਂ ਦਾ ਸ਼ਗਿਰਦ ਮਤਲਬ ਮੈਨੂੰ ਬਹੁਤ ਪਸੰਦ ਕਰਦਾ ਸ਼ੁਰੂ ਤੋਂ ਬਚਪਨ ਤੋਂ ਹੀ ਮੈਂ 11-12 ਸਾਲ ਦੀ ਉਮਰ ਸੀ ਜਦੋਂ ਮੈਨੂੰ ਸੁਣਨ ਲੱਗਿਆ ਜੀ ਅੱਛਾ ਤੇ ਰਾਜੂ ਸਿੱਖਿਆ ਵੀ ਹੈ ਕਿਤੋਂ ਸਿੱਖਿਆ ਜੀ ਮੇਰੇ ਚਾਚਾ ਜੀ ਸੀਗੇ ਸਵਰਗ ਵਾਸੀ ਸਵਰਗ ਹੋ ਗਏ ਮਤਲਬ ਕਿ ਹੋ ਗਿਆ ਇਸ ਵਕਤ ਸਵਰਗ ਵਾਸੀ ਨੇ ਤੇ ਇਹਨਾਂ ਨੂੰ ਹੋ ਗਏ ਘੱਟੋ ਘੱਟ ਮੇਰਾ ਖਿਆਲ ਆ ਵੀ 12-13 ਸਾਲ ਹੋ ਗਏ ਗੁਜ਼ਰਿਆਂ ਨੂੰ ਅੱਛਾ ਤੇ ਉਹਨਾਂ ਤੋਂ ਮੈਂ ਥੋੜੇ ਬਹੁਤਾ ਸਿੱਖਿਆ ਸੀਗਾ ਬਸ ਉਸ ਤੋਂ ਬਾਅਦ ਚਲੇ ਗਏ ਉਸ ਤੋਂ ਬਾਅਦ ਮੈਨੂੰ ਸਿੱਖਣ ਦਾ ਮੌਕਾ ਨਹੀਂ ਮਿਲਿਆ ਔਰ ਮੈਂ ਆਪਦੀ ਕਬੀਲਦਾਰੀ ਵਿੱਚ ਉਲਟ ਗਿਆ ਜੀ ਬਸ ਇੰਨਾ ਬੱਚੇ ਹੋ ਗਏ ਫੈਮਲੀ ਵਾਲੇ ਹੋ ਗਏ ਬਸ ਇਸ ਕਰਕੇ ਸਮਾਂ ਨਹੀਂ ਲੱਗਿਆ ਪਰ ਜਦੋਂ ਵੀ ਮੈਨੂੰ ਦਿਲ ਕਰਦਾ ਮੇਰਾ ਸਾਰਾ ਸਾਰਾ ਦਿਨ ਮੈਂ ਗਾਉਂਦਾ ਰਹਿੰਦਾ ਗਾ ਜਮਾਂ ਸਮਾਂ ਲੱਗਦਾ ਗਾ ਮੈਂ ਤੇ ਰਾਜ ਨੂੰ ਆਦਤ ਹੈਗੀ ਤੋਂ ਮਤਲਬ ਬੈਠਾ ਹੁੰਦਾ ਦੁਕਾਨ ਦੇ ਵਿੱਚ ਤਾਂ ਆਪਣੇ ਵਾਲੇ ਪਾਸੇ ਵੀ ਆਵਾਜ਼ ਆਉਂਦੀ ਹੁੰਦੀ ਹੈਗੀ ਪੂਰੀ ਤੇ ਸਾਰਾ ਦਿਨ ਉੱਚੀ ਉੱਚੀ ਲਾਉਂਦਾ ਰਹਿੰਦਾ ਹੇਕਾਂ ਬਾਈ ਤੇ ਰਿਆਜ਼ ਰੂਜ਼ ਦਾ ਕੀ ਹਿਸਾਬ ਆ ਰਿਆਜ਼ ਦਾ ਸਮਾਂ ਤੁਹਾਨੂੰ ਪਤਾ ਹੀ ਹੈ ਜਦੋਂ ਹੁੰਦਾ ਸਵੇਰੇ ਜਲਦੀ ਉੱਠ ਤਾਂ ਕਰ ਵੀ ਲਈਦਾ ਨਹੀਂ ਤਾਂ ਫਸਲ ਬਸ ਸਾਰੇ ਦੇ ਰਿਆਜ਼ ਹੀ ਆਪਣੇ ਜਦੋਂ ਵਿਹਲੇ ਹੁੰਦੇ ਤਾਂ ਗਾਈ ਜਾਈਦਾ ਕਿਵੇਂ ਲੱਗਿਆ ਬਾਈ ਦੱਸਿਓ ਕਮੈਂਟ ਕਰਕੇ ਨਜ਼ਾਰਾ ਆਇਆ ਸੁਣ ਕੇ ਜਦੋਂ ਵੀ ਵਿਹਲਾ ਹੁੰਦਾ ਮੈਂ ਬਾਈ ਨੂੰ ਕਹਿਣਾ ਵੀ ਚੱਲ ਆ ਜਾ ਕੇ ਬੈਠੀਏ ਤਾਂ ਜੀ ਆਪਣਾ ਅੱਜ ਦਾ ਦਿਨ ਹੋ ਗਿਆ ਓਵਰ ਕੁੱਲ ਮਿਲਾ ਕੇ ਵਧੀਆ ਰਿਹਾ ਤੇ 5 ਵਜੇ ਤੋਂ ਬਾਅਦ ਤਾਂ ਵੈਸੇ ਸੈਟਰਡੇ ਤਾਂ ਸਾਰੇ ਹੀ ਬੰਦ ਹੁੰਦਾ ਗਾ ਆਪਾਂ ਵੇਖਿਆ ਜਾਵੇ ਜੇ ਕਿਵੇਂ ਲੱਗਿਆ ਬਲੌਗ ਦੱਸਿਓ ਕਮੈਂਟ ਕਰਕੇ ਜ਼ਰੂਰ ਜਿਹੜੀ ਕੋਈ ਘਾਟ ਵਾਧਾ ਹੈਗੀ ਫੀਡਬੈਕ ਜ਼ਰੂਰ ਦਿੰਦੇ ਰਹੋ ਵੀ ਆਹ ਚੀਜ਼ ਇੰਪਰੂਵ ਹੋਣੀ ਚਾਹੀਦੀ ਹੈਗੀ ਆਪਣੇ ਵੀਡੀਓ ਦੇ ਵਿੱਚ ਅਤੇ ਆਪਾਂ ਉਸੇ ਤਰ੍ਹਾਂ ਬਾਕੀ ਟਾਈਮ ਟੂ ਟਾਈਮ ਜਦੋਂ 10-12 ਵੀਡੀਓ ਪੈ ਗਏ ਹੈ ਨਾ ਉਸ ਤੋਂ ਬਾਅਦ ਇੰਪਰੂਵ ਹੋ ਜਾਂਦਾ ਫਿਰ ਤਾਂ ਮੈਂ ਹੁਣ ਘਰੇ ਆ ਕੇ ਯਾਦ ਆਇਆ ਯਾਰ ਵੱਟਾਂ ਪਾਉਣ ਵਾਲੀਆਂ ਪਈਆਂ ਨੇਗੀਆਂ 3 ਕਿੱਲਿਆਂ ਦੀਆਂ ਅਤੇ ਸਿੱਧੀ ਬਿਜਾਈ ਕੀਤੀ ਆ ਝੋਨੇ ਦੀ ਹੁਣ ਉਹ ਪਾ ਕੇ ਆਉਣੇ ਆ ਜੀ ਨਿਬੜ ਗਿਆ ਕੰਮ ਸਾਰਾ ਦੱਸਿਓ ਬਲੌਗ ਕਿੱਦਾਂ ਦਾ